ਹਾਂਜੀ ਦੋਸਤੋ ਪੀਐਸਪੀਸੀਐਲ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਇਸ ਵੀਡੀਓ ਦਾ ਬਣਾਣਾ ਮਕਸਦ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਹੈ ਨਾ ਕਿ ਦੋਸਤੋ ਤੁਹਾਨੂੰ ਠੇਸ ਪਹੁੰਚਾਉਣਾ ਤਾਂ ਇਹ ਜਾਣਕਾਰੀ ਤੁਹਾਡੇ ਲਈ ਜ਼ਰੂਰੀ ਹੋ ਸਕਦੀ ਹੈ ਤਾਂ ਦੋਸਤੋ ਤੁਹਾਡੇ ਮੈਨੂੰ ਕਮੈਂਟ ਆ ਰਹੇ ਸੀ ਤਾਂ ਇਸ ਜਾਣਕਾਰੀ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਆਪਾਂ ਇਹ ਵੀਡੀਓ ਬਣਾਈ ਹੈ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਜੋ ਤੁਹਾਡੀ ਨਵੀਂ ਅਪਰੈਂਟਸ਼ਿਪ ਆਉਣ ਵਾਲੀ ਹੈ ਉਸ ਬਾਰੇ ਦੋਸਤੋ ਜੋ ਕਿ ਇਹਨਾ ਸਾਥੀਆਂ ਵੱਲੋਂ ਮੀਟਿੰਗ ਕੀਤੀ ਗਈ ਹੈ ਜਿਹੜੀ ਕਿ ਦੋਸਤੋ ਪਹਿਲਾਂ ਕੁਝ ਦਿਨ ਲੀਕ ਨਿਕਲ ਕੇ ਆਈ ਸੀ ਕਿ 850 ਪੋਸਟ ਤੁਹਾਡੀ ਕੱਢੀ ਜਾਵੇਗੀ ਜੋ ਕਿ ਦੋਸਤੋ ਤੁਹਾਡੇ ਆਈਟੀ ਇਗਜ਼ਾਮਾਂ ਤੋਂ ਬਾਅਦ ਕੱਢੀ ਜਾਣੀ ਸੀ ਤਾਂ ਦੋਸਤੋ ਉਸ ਅਪਰੈਂਟਸ਼ਿਪ ਨੂੰ ਲੈ ਕੇ ਇਹਨਾਂ ਸਾਥੀਆਂ ਵੱਲੋਂ ਅੱਜ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੌਰਾਨ ਕੀ ਕੀ ਇਹਨਾਂ ਨੇ ਗੱਲਬਾਤ ਕੀਤੀ ਹੈ ਤੇ ਕੀ ਕੀ ਇਹਨਾਂ ਨੇ ਮੁੱਦਾ ਰੱਖਿਆ ਹੈ ਉਹ ਤੁਹਾਨੂੰ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਜਾਣਕਾਰੀ ਦਵਾਂਗੇ ਜੋ ਕਿ ਦੋਸਤੋ ਇਹਨਾਂ ਨੇ 5000 ਪੋਸਟਾਂ ਬਾਰੇ ਜਿਹੜੀ ਕਿ ਮੇਨ ਮੀਟਿੰਗ ਕੀਤੀ ਹੈ ਇਸ ਵੀਡੀਓ ਦੇ ਵਿੱਚ ਦੋਸਤ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਜਾਣਕਾਰੀ ਤੋਂ ਪਹਿਲਾਂ ਜੇਕਰ ਦੋਸਤੋ ਤੁਸੀਂ ਵੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਦੋਸਤੋ ਹੋ ਸਕੇ ਤਾਂ ਇਸ ਬੈਲਕਨ ਨੂੰ ਵੀ ਪ੍ਰੈਸ ਕਰ ਦੇਣਾ ਜੋ ਵੀ ਨਵੀਂ ਅਪਡੇਟ ਆਏਗੀ ਸਭ ਤੋਂ ਪਹਿਲਾਂ ਤੁਹਾਨੂੰ ਪ੍ਰੋਵਾਈਡ ਕਰਾਈ ਜਾਵੇਗੀ ਤਾਂ ਦੋਸਤੋ ਜਿਵੇਂ ਕਿ ਤੁਸੀਂ ਇੱਥੇ ਦੇਖ ਪਾਰੇ ਹੋਗੇ ਅੱਜ ਇਹਨਾਂ ਨੇ ਮੀਟਿੰਗ ਰੱਖੀ ਹੈ ਜਿਸ ਦੀਆਂ ਮੁੱਖ ਮੰਗਾਂ ਤੁਸੀਂ ਦੇਖ ਸਕਦੇ ਹੋ ਪੀਐਸਪੀਸੀਲ ਵਿਭਾਗ ਵਿੱਚ ਅਪਰੈਂਟਸ਼ਿਪ ਦੀਆਂ 5000 ਪੋਸਟਾਂ ਜਾਰੀ ਕੀਤੀਆਂ ਜਾਣ ਤੇ ਅਪਰੈਂਟਸ਼ਿਪ ਦੀ ਭਰਤੀ ਹਰ ਸਾਲ ਕੀਤੀ ਜਾਵੇ ਜੋ ਕਿ ਦੋਸਤੋ ਅਪਰੈਂਟਸ਼ਿਪ ਦੀ ਭਰਤੀ ਤਾਂ ਹਰ ਇੱਕ ਸਾਲ ਹੁੰਦੀ ਹੈ ਤਾਂ ਇਹਨਾਂ ਨੇ ਵਧੀਆ ਇੱਕ ਦੋ ਲੈਣਾ ਜੋ ਕਿ ਮੁੱਖ ਮੰਗਾ ਰੱਖੀਆਂ ਹਨ ਕਿ ਇੱਕ ਤਾਂ 5000 ਪੋਸਟਾਂ ਜੋ ਕਿ ਜਾਰੀ ਕੀਤੀਆਂ ਜਾਣ ਕਿਉਂਕਿ ਪੋਸਟਾਂ ਤੁਹਾਨੂੰ ਵੀ ਪਤਾ ਹੈ ਲਾਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੈ ਕਿ ਬਹੁਤ ਜ਼ਿਆਦਾ ਪੋਸਟਾਂ ਖਾਲੀ ਪਈਆਂ ਹਨ ਪੀਐਸਪੀਸੀਲ ਵਿਭਾਗ ਦੇ ਵਿੱਚ ਤਾਂ ਇਹਨਾਂ ਨੇ ਇੱਕ ਬਹੁਤ ਵਧੀਆ ਕਦਮ ਚੁੱਕਿਆ ਹੈ ਜੋ ਕਿ ਪੀਐਸਪੀਸੀਲ ਦੇ ਵਿੱਚ ਇਹਨਾਂ ਨੇ ਪੋਸਟਾਂ ਗਨੋਰਮ ਦੇ ਵਿੱਚ ਦੋਸਤੋ ਇਹ ਨੋਟੀਫਿਕੇਸ਼ਨ ਤਾਂ ਬਹੁਤ ਵੱਡਾ ਹੈ ਲੇਕਿਨ ਆਪਾਂ ਇਸ ਦੇ ਵਿੱਚ ਜਿਹੜੀ ਤੁਹਾਡੀ ਮੇਨ ਮੇਨ ਗੱਲ ਕੀਤੀ ਗਈ ਹੈ ਉਸ ਬਾਰੇ ਤੁਹਾਨੂੰ ਦੱਸ ਦਿੰਦੇ ਹਾਂ ਦੋਸਤੋ ਇਹਨਾਂ ਨੇ ਦੱਸਿਆ ਕਿ ਅੱਜ ਜੋ ਕਿ ਜਲਾਲਾਬਾਦ ਦੇ ਵਿੱਚ ਸ਼ਹੀਦ ਉਦਮ ਸਿੰਘ ਪਾਰਕ ਵਿਖੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿ ਨਵੀਂ ਯੂਨੀਅਨ ਬਣਾਏਗੀ ਜਿਸ ਵਿੱਚ ਬੱਚਿਆਂ ਨੇ ਇਹ ਮੰਗ ਕੀਤੀ ਕਿ 5000 ਪੋਸਟਾਂ ਦੀ ਟ੍ਰੇਨਿੰਗ ਲਗਾਉਣ ਸੰਬੰਧੀ ਇਹਨਾਂ ਨੇ ਚਰਚਾ ਕੀਤੀ ਜਿਸ ਵਿੱਚ ਇਹਨਾਂ ਨੇ ਦੱਸਿਆ ਕਿ 2022 ਵਿੱਚ ਜਿਹੜੀ ਅਪਰੈਂਟਸ਼ਿਪ ਆਈ ਸੀ 1500 ਜੋ ਕਿ ਹੁਣ ਸਤੰਬਰ ਦੇ ਵਿੱਚ ਕੰਪਲੀਟ ਹੋ ਜਾਵੇਗੀ ਇਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ 5000 ਪੋਸਟਾਂ ਦੀ ਟ੍ਰੇਨਿੰਗ ਲਗਾਉਣ ਸੰਬੰਧੀ ਇਹਨਾਂ ਨੇ ਵਿਚਾਰ ਕੀਤਾ ਤੇ ਇਹਨਾਂ ਨੇ ਹੁਣ ਜਿਹੜਾ ਕਿ ਮੰਗ ਪੱਤਰ ਦਿੱਤਾ ਹੈ ਜਿਹੜਾ ਕਿ ਇੱਕ ਐਮਐਲਏ ਹੈ ਗੋਲਡੀ ਜੋ ਕਿ ਜਲਾਲਾਬਾਦ ਤੋਂ ਹਨ ਉਹਨਾਂ ਨੂੰ ਇੱਕ ਇਹਨਾਂ ਨੇ ਮੰਗ ਪੱਤਰ ਸੌਂਪਿਆ ਹੈ ਕਿ ਸਾਡੀ ਸਰਕਾਰ ਦੇ ਅੱਗੇ ਇਹ ਤੁਸੀਂ ਮੰਗ ਰੱਖ ਦੋ ਕਿ ਸਾਡੀ ਵੈਕੰਸੀ 5000 ਕੱਢੀ ਜਾਵੇ ਤਾਂ ਜੋ ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ ਜਿਹੜੇ ਬੱਚੇ ਆਈਟੀ ਪਾਸ ਕੀਤੇ ਹਨ ਉਹਨਾਂ ਨੂੰ ਰੋਜ਼ਗਾਰ ਮਿਲ ਜਾਵੇ ਪਹਿਲਾਂ ਬੱਚਿਆਂ ਦੀ ਜਿਹੜੀ ਵੈਕੰਸੀ ਕੱਢੀ ਜਾਂਦੀ ਸੀ ਉਹ ਕੀ ਹੁੰਦਾ ਸੀ ਕਿ ਨੰਬਰਾਂ ਦੇ ਬੇਸ ਤੇ ਆਉਂਦੀ ਸੀ ਤੇ ਬੱਚੇ ਜਿਹੜੇ ਮਿਹਨਤ ਵਾਲੇ ਹੁੰਦੇ ਸੀ ਉਹ ਲੱਗ ਨਹੀਂ ਪਾਉਂਦੇ ਸੀ ਤੇ ਬੱਚਿਆਂ ਨੂੰ 5000 ਵੈਕੰਸੀ ਦੇ ਕੇ ਇਹਨਾਂ ਦਾ ਜਿਹੜਾ ਕਿ ਰੋਜ਼ਗਾਰ ਹੈ ਮਿਲਣਾ ਚਾਹੀਦਾ ਹੈ ਤਾਂ ਇਹਨਾਂ ਨੂੰ ਪੋਸਟ ਦਿੱਤੀ ਜਾਵੇ ਇਹਨਾਂ ਨੇ ਇਹ ਵੀ ਕਿਹਾ ਕਿ ਹਰ ਸਾਲ ਦੇ ਵਿੱਚ ਅਪਰੈਂਟਸ਼ਿਪ ਕੱਢੀ ਜਾਵੇ ਤਾਂ ਜੋ ਬੱਚੇ ਜਿਹੜੇ ਬੇਰੁਜ਼ਗਾਰ ਹਨ ਆਈਟੀ ਕੀਤੇ ਹੋਏ ਹਨ ਉਹ ਬੱਚੇ ਮਿਹਨਤ ਕਰਕੇ ਆਪਣਾ ਇੱਥੇ ਅਪਰੈਂਟਸ਼ਿਪ ਦੇ ਵਿੱਚ ਜਾਣ ਏ ਦੋਸਤੋ ਇਹਨਾਂ ਨੇ ਮੇਨ ਗੱਲ ਇੱਥੇ ਕੀਤੀ ਹੈ ਜਿਵੇਂ ਕਿ ਦੋਸਤੋ ਆਪਾਂ ਲਾਸਟ ਅਪਡੇਟ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਤੁਹਾਡੀ ਜਿਹੜੀ ਕੀ 850 ਪੋਸਟ ਦੀ ਲੀਕ ਨਿਕਲ ਕੇ ਆ ਰਹੀ ਹੈ ਕਿ ਤੁਹਾਡੀ ਅਪਰੈਂਟਸ਼ਿਪ ਕੱਢੀ ਜਾਵੇਗੀ ਬਹੁਤ ਹੀ ਜਲਦ ਤੁਹਾਡਾ ਨੋਟੀਫਿਕੇਸ਼ਨ ਆ ਜਾਣਾ ਹੈ ਜੋ ਕਿ ਦੋਸਤੋ ਆਈਟੀ ਇਗਜ਼ਾਮਾਂ ਤੋਂ ਬਾਅਦ ਤੁਹਾਡਾ ਇਹ ਨੋਟੀਫਿਕੇਸ਼ਨ ਕੱਢਿਆ ਜਾਵੇਗਾ ਜੇਕਰ ਇਹ ਬੱਚੇ ਇੱਥੇ ਆਪਣਾ ਸੰਗਨਚ ਜਾਰੀ ਕਰਦੇ ਹਨ ਇਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਤੁਹਾਡੀ ਇਹ ਪੋਸਟਾਂ ਜਿਹੜੀਆਂ 5000 ਪ੍ਰਤੀ ਇਸ ਨੋਟੀਫਿਕੇਸ਼ਨ ਦਿੱਤਾ ਹੈ ਜੇਕਰ ਇਹ ਸਰਕਾਰ ਫੈਸਲਾ ਨਹੀਂ ਲੈਂਦੀ ਤਾਂ ਸਾਡੇ ਵੱਲੋਂ ਤਿੱਖਾ ਜਿਹੜਾ ਕੀ ਸੰਘਰਸ਼ ਕੀਤਾ ਜਾਵੇਗਾ ਦੇ ਲਈ ਜੇਕਰ ਬੱਚਿਆਂ ਦੀ 5000 ਵੈਕੰਸੀ ਆ ਜਾਂਦੀ ਹੈ ਇੱਥੇ ਤਾਂ ਕੋਈ ਵੀ ਬੱਚਾ ਅਜੇ ਹਾਂ ਨਹੀਂ ਹੋਵੇਗਾ ਜਿਹੜਾ ਕਿ ਇੱਥੇ ਨਹੀਂ ਰਹਿ ਪਾਵੇਗਾ ਸਾਰੇ ਹੀ ਬੱਚੇ ਇੱਥੇ ਲੱਗ ਜਾਣਗੇ ਜਿੰਨੇ ਵੀ ਪੰਜਾਬ ਦੇ ਬੱਚੇ ਹਨ ਜਿਨ੍ਹਾਂ ਨੇ ਆਈਟੀ ਕੰਪਲੀਟ ਕੀਤੀ ਹੋਈ ਹੈ ਚਾਹੇ ਤੁਹਾਡੀ ਵੇਅਰਮੈਨ ਦੀ ਹੈ ਜਾਂ ਜਾਂ ਫਿਰ ਤੁਹਾਡੀ ਇਲੈਕਟ੍ਰੀਸ਼ੀਅਨ ਦੀ ਹੈ ਜੋ ਬੱਚਾ ਇੱਥੇ ਤਿਆਰੀ ਵਾਲਾ ਹੋਵੇਗਾ ਕੋਈ ਵੀ ਬੱਚਾ ਨਹੀਂ ਰਵੇਗਾ ਜੇਕਰ ਦੋਸਤੋ ਤੁਹਾਡੀ ਇੱਥੇ ਵੈਕੰਸੀ ਕੱਟ ਦਿੱਤੀ ਜਾਂਦੀ ਹੈ ਦੋਸਤੋ ਇਹ ਤੁਹਾਡੀ ਅੱਜ ਦੀ ਅਪਡੇਟ ਸੀਗੀ ਜੇਕਰ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਕੇ ਜਾਣਾ ਅਗਲੀ ਵੀਡੀਓ ਦੇ ਵਿੱਚ ਆਪਾਂ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਦੋਸਤੋ ਤੁਹਾਡਾ ਕੋਈ ਹੋਰ ਕਮੈਂਟ ਹੈ ਉਹ ਤੁਸੀਂ ਮੈਨੂੰ ਕਰ ਸਕਦੇ ਹੋ ਜੈ ਹਿੰਦ ਦੋਸਤੋ